ਜਿਹੜੀ ਮਰਜ਼ੀ ਸਰਕਾਰ ਹੋਵੇ ਜਿਹੜਾ ਮਰਜ਼ੀ ਮੁੱਖ ਮੰਤਰੀ ਹੋਵੇ ਤੇ ਜਿਹੜਾ ਮਰਜ਼ੀ ਮੰਤਰੀ ਹੋਵੇ ਜਦ ਵੀ ਕ੍ਰਿਸ਼ਨ ਕੁਮਾਰ ਨੂੰ ਸੀਨੀਅਰ ਆਈਐਸ ਅਫੀਸਰ ਜਿਹੜੇ ਇਸ ਸਮੇਂ ਪੰਜਾਬ ਦੇ ਵਿੱਚ ਪ੍ਰਿੰਸੀਪਲ ਸੈਕਟਰੀ ਨੇ ਪ੍ਰਮੁਖ ਸਕੱਤਰ ਨੇ ਜਦ ਵੀ ਉਹਨਾਂ ਨੂੰ ਕਿਸੇ ਮੈਕਮੇ ਦੇ ਵਿੱਚ ਲਗਾਇਆ ਜਾਂਦਾ ਤੇ ਤਦ ਵੀ ਇੱਕ ਸੁਰਖੀ ਬਣ ਜਾਂਦੀ ਹੈ ਤੇ ਜਦੋਂ ਉਹਨਾਂ ਨੂੰ ਹਟਾਇਆ ਜਾਂਦਾ ਤੇ ਤਦ ਸਰਕਾਰ ਤੇ ਸਵਾਲੀਆ ਨਿਸ਼ਾਨ ਖੜੇ ਹੋ ਜਾਂਦੇ ਨੇ ਕਿ ਆਖਰ ਜਿਸ ਚਾਹ ਦੇ ਨਾਲ ਜਿਸ ਉਮੀਦ ਦੇ ਨਾਲ ਸਰਕਾਰ ਕ੍ਰਿਸ਼ਨ ਕਮਾਲ ਸੀਨੀਅਰ ਆਈਐਸ ਅਫਸਰ ਨੂੰ ਨਿਯੁਕਤ ਕਰਦੀ ਆ ਇੱਕ ਵਿਭਾਗ ਦੀ ਜ਼ਿੰਮੇਵਾਰੀ ਬਦਲ ਦਿਆ ਤੇ ਲੋਕ ਕਹਿੰਦੇ ਨੇ ਕਿ ਹੁਣ ਇਸ ਮਹਿਕਮੇ ਦੀ ਤਕਦੀਰ ਬਦਲ ਜਾਊਗੀ ਇਸ ਮਹਿਕਮੇ ਦਾ ਰਿਜ਼ਲਟ 100% ਆਊਗਾ ਇਸ ਮਹਿਕਮੇ ਦੇ ਵਿੱਚ ਕਰਪਸ਼ਨ ਖਤਮ ਹੋ ਜਾਊਗੀ ਇਸ ਮਹਿਕਮੇ ਦੇ ਵਿੱਚ ਜਿਹੜੇ ਕੰਮ ਕਰਦੇ ਨਹੀਂ ਕੰਮ ਕਰਦੇ ਆਗੇ ਉਹ ਹੁਣ ਅਫਸਰ ਕੰਮ ਕਰਿਆ ਕਰਨਗੇ ਇਸ ਮਹਿਕਮੇ ਦੇ ਵਿੱਚ ਜਿਹੜੇ ਢਿੱਲੇ ਨੇ ਜਿਹੜੇ ਕੰਨੀ ਘਤਰਾਉਂਦੇ ਨੇ ਉਹ ਸਿੱਧੇ ਹੋ ਜਾਣਗੇ ਇਹੋ ਮਸਲਾ ਸੀ ਕਿ ਜਦ ਹਰਜੋਤ ਸਿੰਘ ਬੈਂਸ ਨੂੰ ਪੰਜਾਬ ਸਰਕਾਰ ਵੱਲੋਂ ਖਾਸ ਕਰਕੇ ਮੁੱਖ ਮੰਤਰੀ ਵੱਲੋਂ ਮੈਕਮਾ ਦਿੱਤਾ ਗਿਆ ਮਾਈਨਿੰਗ ਵਿਭਾਗ ਕਿਉਂਕਿ ਪੰਜਾਬ ਬਦਨਾਮ ਹੋ ਚੁੱਕਾ ਹੈ ਰੇਤ ਮਾਫੀਆ ਦੇ ਚੱਕਰ 'ਚ ਕਿ ਬੜੀ ਗੈਰਕਾਨੂੰਨੀ ਮਾਈਨਿੰਗ ਹੁੰਦੀ ਆ ਤੇ ਫਿਰ ਹਰਜੋਤ ਸਿੰਘ ਬੈਂਸ ਹੋਣਾ ਨੇ ਨਾਲ ਲਗਾਲੇ ਸੀਨੀਅਰ ਆਈਐਸ ਅਫਸਰ ਕ੍ਰਿਸ਼ਨ ਕੁਮਾਰ ਤੇ ਹੁਣ ਕ੍ਰਿਸ਼ਨ ਕੁਮਾਰ ਨੂੰ ਸਰਕਾਰ ਨੇ ਬਦਲ ਦਿੱਤਾ ਜਿਸਨੂੰ ਨਿਯੁਕਤ ਕੀਤਾ ਗਿਆ ਸੀ ਉਸਦਾਂ ਲੋਕਾਂ ਨੂੰ ਬਹੁਤ ਸਾਰੀਆਂ ਉਮੀਦਾਂ ਸੀ ਕਿ ਸੂਬੇ ਅੰਦਰ ਜਿਹੜੀ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਆ ਖਤਮ ਹੋਏਗੀ ਰੇਤਾ ਸਸਤੀ ਮਿਲੇਗੀ ਆਮ ਲੋਕਾਂ ਨੂੰ ਕੋਈ ਦੁੱਖ ਤਕਲੀਫ ਨਹੀਂ ਹੋਏਗੇ ਤੇ ਜਿਹੜੇ ਲੰਮੇ ਲੰਮੇ ਸਮੇਂ ਤੋਂ ਵੱਖ-ਵੱਖ ਅਧਿਆਆਂ ਤੇ ਇੱਕੋ ਥਾਂ ਤੇ ਇੱਕੋ ਸਟੇਸ਼ਨ ਤੇ ਬੈਠੇ ਸਨ ਉਹ ਬਦਲੇ ਜਾਣਗੇ ਤੇ ਜਿਹੜੇ ਬੇਈਮਾਨ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਏਗੀ ਉਹ ਸਾਰੇ ਜਿਹੜੀਆਂ ਦਲੀਲਾਂ ਲੋਕਾਂ ਨੇ ਜਾਂ ਲੋਕਾਂ ਨੇ ਸੋਚ ਕੇ ਰੱਖਿਆ ਉਸ ਸਾਹਬ ਦੇ ਨਾਲ ਕੰਮ ਹੋਇਆ ਕਿ ਬਹੁਤ ਸਾਰੇ ਫਿਰ ਕ੍ਰਿਸ਼ਨ ਕੁਮਾਰ ਨੇ ਕਈ ਅ fırsਰ ਸਿੱਧੇ ਕੀਤੇ ਕਈਆਂ ਨੂੰ ਮਤਲ ਕੀਤਾ ਔਰ ਜੇ ਕਈ ਜਿਹੜੇ ਕ੍ਰਪਸਨ ਬੇਈਮਾਨ ਸਨ ਉਹਨਾਂ ਨੂੰ ਘਰ ਵੀ ਤੋੜਿਆ ਲੇਕਿਨ ਕੁਝ ਹੀ ਮਹੀਨੇ ਹੋਏ ਕਿ ਹੁਣ ਲੱਗਦਾ ਹੈ ਕਿ ਸਰਕਾਰ ਤੇ ਦਬਾਅ ਪੈਣਾ ਸ਼ੁਰੂ ਹੋ ਚੁੱਕਾ ਸੀ ਹੋ ਸਕਦਾ ਹੈ ਕਿ ਵਿਧਾਇਕਾਂ ਨੇ ਦਬਾਅ ਪਾਇਆ ਹੋਵੇ ਹੋ ਸਕਦਾ ਹੈ ਕਿ ਮੰਤਰੀਆਂ ਨੇ ਦਬਾਅ ਪਾਇਆ ਹੋਵੇ ਹੋ ਸਕਦਾ ਹੈ ਕਿ ਜਿਹੜੇ ਗੈਰ ਕਾਨੂੰਨੀ ਕੰਮ ਕਰਨ ਵਾਲੇ ਲੋਕ ਹੋਣ ਉਹਨਾਂ ਨੇ ਦਬਾਅ ਪਾਇਆ ਹੋਵੇ ਕਿ ਆਖਰ ਗਰੀਸ਼ਣ ਕੁਮਾਰ ਨੂੰ ਕਿਉਂ ਬਦਲਿਆ ਗਿਆ ਬਹੁਤ ਸਾਰੇ ਸਵਾਲ ਨੇ ਕਿ ਆਖਰ وجہ ਕੀ ਹੈ ਕਿਉਂ ਬਦਲਿਆ ਗਿਆ ਜੇ ਸਰਕਾਰ ਕਿਸੇ ਅਫਸਰ ਨੂੰ ਇੱਕ ਮਹਿਕਮੇ ਦੀ ਜ਼ਿੰਮੇਵਾਰੀ ਦਿੰਦੀ ਹੈ ਤੇ ਉਸ ਨੂੰ ਫਿਰ ਬਦਲਣਾ ਇਹ ਆਪਣੇ ਆਪ ਚ ਸਵਾਲ ਜਿਹੜੇ ਨੇ ਤੇ ਸਰਕਾਰ ਸਵਾਲਾਂ ਦੇ ਘੇਰੇ ਵਿੱਚ ਆ ਜਾਂਦੀ ਹੈਗੀ ਫਿਰ ਸਰਕਾਰ ਨੂੰ ਜਵਾਬ ਦੇਣੇ ਔਖੇ ਹੁੰਦੇ ਨੇ ਫਿਲਹਾਲ ਇਹ ਸਰਕਾਰ ਤੇ ਕਦੇ ਵੀ ਇਸ ਮਸਲੇ ਦੇ ਵਿੱਚ ਜਵਾਬ ਨਹੀਂ ਦੇਗੀ ਨਾ ਸ਼ਾਇਦ ਮੁੱਖ ਮੰਤਰੀ ਸਾਹਿਬ ਤੇ ਨਾ ਸ਼ਾਇਦ ਹਰਜੋਤ ਸਿੰਘ ਬੈਂਸ ਸਾਹਿਬ ਕਿਉਂਕਿ ਮਸਲਾ ਜਿਹੜੇ ਹੱਥਾਂ ਦੇ ਨਾਲ ਕ੍ਰਿਸ਼ਨ ਕੁਮਾਰ ਨੂੰ ਵਿਭਾਗ ਦੇ ਜ਼ਿੰਮੇਵਾਰੀ ਦਿੱਤੀ ਗਈ ਉਹਨਾਂ ਹੱਥਾਂ ਦੇ ਨਾਲ ਹੀ ਉਹਨਾਂ ਨੂੰ ਉਸ ਸੌਦੇ ਤੋਂ ਹਟਾ ਦਿੱਤਾ ਗਿਆ ਇਹ ਹੁਣ ਚਰਚਾ ਸ਼ੁਰੂ ਹੋ ਚੁੱਕੀ ਹੈ ਕਿ ਆਖਿਰ ਕ੍ਰਿਸ਼ਨ ਕੁਮਾਰ ਨੂੰ ਕਿਉਂ ਬਦਲਿਆ ਗਿਆ ਕਿਉਂ ਵਿਭਾਗੋਂ ਹਟਾਇਆ ਗਿਆ ਹਾਲਾਂਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਜਾਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਤੇ ਕ੍ਰਿਸ਼ਨ ਕੁਮਾਰ ਐਜੂਕੇਸ਼ਨ ਡਿਪਾਰਟਮੈਂਟ ਦੇ ਸਕੱਤਰ ਰਹੇ ਨੇ ਬਹੁਤ ਸਾਰੇ ਇਨਤਿਮ ਜਿਹੜੇ ਐਮ.ਐਲ.ਏ ਤੇ ਮੰਤਰੀ ਨਾਰਾਜ਼ ਹੋ ਜਾਂਦੇ ਸੀ ਕਿ ਇਹ ਕੰਮ ਨਹੀਂ ਕਰਦੇ ਐਮਐਲਏ ਦੇ ਕਹਿਣ ਤੇ ਮੰਤਰੀਆਂ ਦੇ ਵੀ ਫੋਨ ਨਹੀਂ ਚੱਕਦੇ ਇਦਾਂ ਦੇ ਕ੍ਰਿਸ਼ਨ ਕੁਮਾਰ ਦੇ ਨਾਲ ਇਦਾਂ ਦੇ ਵਿਵਾਦ ਜੁੜੇ ਰਹੇ ਨੇ ਬਹੁਤ ਸਾਰੇ ਕ੍ਰਿਸ਼ਨ ਕੁਮਾਰ ਦੇ ਸ਼ਿਕਾਇਤਾਂ ਵੀ ਕਾਂਗਰਸੀ ਐਮਐਲਏ ਤੇ ਮੰਤਰੀ ਕਰਦੇ ਰਹੇ ਨੇ ਲੇਕਿਨ ਕੈਪਟਨ ਅਮਰਿੰਦਰ ਸਿੰਘ ਨੇ ਔਰ ਕੈਪਟਨ ਅਮਰਿੰਦਰ ਸਿੰਘ ਦੇ ਜਿਹੜੇ ਚੀਫ ਪ੍ਰਿੰਸੀਪਲ ਸੈਕਟਰੀ ਸਨ ਸ਼੍ਰੀਸ਼ ਕੁਮਾਰ ਉਹਨਾਂ ਨੇ ਕੋਈ ਪਰਵਾਹ ਨਹੀਂ ਕੀਤੀ ਹੈਗੀ ਜਿੰਨਾ ਚਿਰ ਕੈਪਟਨ ਅਮਰਿੰਦਰ ਸਿੰਘ ਔਰ ਸ਼੍ਰੀਸ਼ ਕੁਮਾਰ ਇਹ ਉਹਨਾਂ ਚਰ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਕ੍ਰਿਸ਼ਨ ਕੁਮਾਰ ਰਹੇ ਔਰ ਰਹੀ ਗੱਲ ਉਸ ਤੋਂ ਬਾਅਦ ਸਰਕਾਰ ਬਦਲ ਜਾਂਦੀ ਆ ਤੇ ਸਰਕਾਰ ਬਦਲਦੇ ਆ ਇਹਨਾਂ ਨੂੰ ਜਿਹੜੀ ਮਾਈਨਿੰਗ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਔਰ ਕਾਫੀ ਉਹਨਾਂ ਨੇ ਆ ਕੇ ਕਈ ਅਫਸਰ ਜਿਹੜੇ ਕੰਮ ਨਹੀਂ ਕਰਦੇ ਸੀ ਜਿਹੜੇ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲੇ ਲੋਕਾਂ ਦੇ ਨਾਲ ਜਿਨ੍ਹਾਂ ਦੀਆਂ ਤੰਦਾਂ ਦੇ ਨਾਲ ਤੰਦਾਂ ਜੁੜੀਆਂ ਸੀ ਖਾਤਿਆਂ ਦੇ ਨਾਲ ਖਾਤੇ ਇਕੱਠੇ ਸੀ ਪੈਸਿਆਂ ਦਾ ਲੈਣ ਦੇਣ ਸੀ ਉਹ ਸਾਰੇ ਸਿੱਧੇ ਹੋ ਗਏ ਔਰ ਕਈ ਇਹਨਾਂ ਨੇ ਅਫਸਰ ਮੁੱਤਲ ਕੀਤੇ ਖਾਸ ਕਰਕੇ ਜਿਹੜਾ ਇੱਕ ਪਠਾਨਕੋਟ ਵਾਲਾ ਸਭ ਤੋਂ ਵੱਡਾ ਜਿਹੜਾ ਅਫਸਰ ਸੀ ਜਿਹੜਾ ਲਗਾਤਾਰ ਇੱਕੋ ਪੋਸਟ ਤੇ ਬੈਠਾ ਸੀ ਔਰ ਉਹਨਾਂ ਦੀ ਅਫਸਰ ਦੀ ਪਿਛਲੇ ਇਹ ਕਾਂਗਰਸ ਦੇ ਨਾਲ ਬੜੀਆਂ ਵੱਖ-ਵੱਖ ਤਰ੍ਹਾਂ ਦੀਆਂ ਸਾਂਝਾ ਸੀ ਤੇ ਭਾਈਵਾਲਾ ਭਾਈਵਾਲ ਵੀ ਸੀ ਤੇ ਪੈਸੇ ਵੀ ਉਹਨਾਂ ਤੇ ਇਲਜ਼ਾਮ ਲੱਗਦੇ ਰਹੇ ਨੇ ਪਰ ਹੁਣ ਜਿਹੜੇ ਸਰਕਾਰ ਨੇ ਆਦੇਸ਼ ਜਾਰੀ ਕਰ ਦਿੱਤੇ ਨੇ ਕ੍ਰਿਸ਼ਨ ਕੁਮਾਰ ਕੁਲ ਜਿਹੜੇ ਮਹਿਕਮਾ ਸੀ ਮਾਈਨ ਤੇ ਜੀਓਲੋਜੀ ਦਾ ਜਿਹਨੂੰ ਉਹ ਬਦਲ ਦਿੱਤਾ ਗਿਆਗਾ ਮਾਈਨ ਵਿਭਾਗ ਦੀ ਹੁਣ ਜ਼ਿੰਮੇਵਾਰੀ ਇਹਨਾਂ ਕੋਲ ਨਹੀਂ ਰਹੀ ਕ੍ਰਿਸ਼ਨ ਕੁਮਾਰ ਦੀ ਜਗ੍ਹਾ ਹੁਣ ਜਿਹੜੇ 76 ਰੈਂਕ ਦੇ ਅਧਿਕਾਰੀ ਨੇ ਗੁਰਕੀਰਤ ਕ੍ਰਿਪਾਲ ਸਿੰਘ ਹੋਣੀ ਜਿਨ੍ਹਾਂ ਕੋ ਐਸਐਮਈ 76 ਸੈਰਸਪਟਾ ਵਿਭਾਗ ਆ ਟੂਰਿਜ਼ਮ ਤੇ ਸੈਰਸਪਟਾ ਉਹਨਾਂ ਨੂੰ ਹੁਣ 76 ਮਾਈਨਿੰਗ ਵੀ ਲਾਇਆ ਗਿਆ ਤੇ ਨਾਲ ਦੀ ਨਾਲ ਡਾਇਰੈਕਟਰ ਜਿਹੜੇ ਲਗਾਏ ਗਏ ਨੇ ਉਹ ਦਵਿੰਦਰਪਾਲ ਸਿੰਘ ਖਰਬੰਦਾ ਨੇ ਇਹਨਾਂ ਨੂੰ ਜਿਨ੍ਹਾਂ ਕੋ ਆਲਰੇਡੀ ਡਾਇਰੈਕਟਰ ਟੈਕਨੀਕਲ ਐਜੂਕੇਸ਼ਨ ਤੇ ਇੰਡਸਟਰੀ ਟ੍ਰੇਨਿੰਗ ਆ ਉਹਨਾਂ ਨੂੰ ਡਾਇਰੈਕਟਰ ਮਾਈਨਜ਼ ਐਂਜੋਲੋਜੀ ਵਿਭਾਗ ਦੀ ਵੀ ਜ਼ਿੰਮੇਵਾਰੀ ਦਿੱਤੀ ਗਈ ਆ। ਕ੍ਰਿਸ਼ਨ ਕੁਮਾਰ ਕੋਲ ਜਿਹੜਾ ਇਸ ਮਾਈਨਜ਼ ਐਂਜੋਲੋਜੀ ਡਿਪਾਰਟਮੈਂਟ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਖੋਹ ਲਈ ਗਈ ਆ। ਹੁਣ ਇਸ ਸਮੇਂ ਕ੍ਰਿਸ਼ਨ ਕੁਮਾਰ ਕੋਲ ਪ੍ਰਮੁੱਖ ਸਕੱਤਰ ਇਰੀਗੇਸ਼ਨ ਤੇ ਆਰਜੀ ਤੌਰ ਤੇ ਪੰਜਾਬ ਸਟੇਟ ਸਬੋਡੀਨੇਟ ਸਿਲੈਕਸ਼ਨ ਬੋਰਡ ਦੇ ਚੇਅਰਮੈਨ ਦੀ ਜ਼ਿੰਮੇਵਾਰੀ ਆ। ਹਲੇ ਰੱਖਿਓ ਕਿ ਪਹਿਲਾਂ ਤੇ ਪਿਛਲੇ ਸਰਕਾਰਾਂ ਵਿੱਚ ਐਸਐਸ ਬੋਰਡ ਦੇ ਚੇਅਰਮੈਨ ਪੋਲੀਟੀਕਲ ਕਿਸੇ ਲੀਡਰ ਨੂੰ ਲਗਾਇਆ ਜਾਂਦਾ ਰਿਹਾ ਹੈ। ਲੇਕਿਨ ਫਿਲਹਾਲ ਭਗਵੰਤ ਮਾਨ ਨੇ ਇਸ ਸੌਦੇ ਤੇ ਕਿਸੇ ਆਮ ਆਦੀ ਪਾਰਟੀ ਦੇ ਲੀਡਰ ਨੂੰ ਜ਼ਿੰਮੇਵਾਰੀ ਨਹੀਂ ਦਿੱਤੀ ਐਸਐਸ ਬੋਰਡ ਦੇ ਚੇਅਰਮੈਨ ਦੇ ਤੌਰ ਤੇ ਕ੍ਰਿਸ਼ਨ ਕੁਮਾਰ ਹੀ ਕੰਮ ਕਰ ਰਹੇ ਨੇ ਤੇ ਨਾਲ ਦੀ ਨਾਲ ਉਹ ਪ੍ਰਮੁੱਖ ਸਕੱਤਰ ਇਰੀਗੇਸ਼ਨ ਵਿਭਾਗ ਵੀ ਇਹਨਾਂ ਕੋਲ ਆ ਪਰ ਕੁੱਲ ਮਿਲਾ ਕੇ ਚਰਚਾ ਸ਼ੁਰੂ ਹੋ ਚੁੱਕੀ ਹੈ ਕਿ ਆਖਰ ਜੇ ਸੂਬੇ ਦੇ ਵਿੱਚ ਗੈਰ ਕਾਨੂੰਨੀ ਸਰਕਾਰ ਦਾਵਾ ਹੀ ਕਰ ਰਹੀ ਹੈ ਹਰਜੋਤ ਸਿੰਘ ਬੈਂਸ ਉਹਨੇ ਦਾਵੇ ਕਰੇ ਨੇ ਕਿ ਮਾਈਨਿੰਗ ਗੈਰ ਕਾਨੂੰਨੀ ਨਹੀਂ ਹੋ ਰਹੀ ਤੇ ਫਿਰ ਕ੍ਰਿਸ਼ਨ ਕੁਮਾਰ ਨੂੰ ਕਿਉਂ ਬਦਲਿਆ ਗਿਆ 15 ਦੇ ਦਿਨ ਪਹਿਲਾਂ ਕ੍ਰਿਸ਼ਨ ਕੁਮਾਰ ਔਰ ਹਰਜੋਤ ਸਿੰਘ ਬੈਂਸ ਨੇ ਇਕੱਠੇ ਬੈਠ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਨਿਊ ਚੰਡੀਗੜ੍ਹ ਦੇ ਵਿੱਚ ਸਰਕਾਰੀ ਰੇਤਾ ਦਾ ਇੱਕ ਡੀਪੋ ਵੀ ਖੋਲਿਆ ਗਿਆ ਸੀ ਕਿ ਲੋਕ ਇੱਥੇ ਆ ਕੇ ਆਪਣੇ ਰੇਤਾ ਘਰ ਪਾਉਣ ਵਾਸਤੇ ਜਾਂ ਜਿੰਨੂੰ ਵੀ ਕੋਈ ਕਾਰੋਬਾਰ ਹੋ ਰੇਤਾ ਮੋਲ ਖਰੀਦ ਸਕਦਾ ਹੈਗਾ ਹਾਲਾਂਕਿ ਸਰਕਾਰ ਨੇ ਹੋਰ ਵੀ ਹਰ ਜ਼ਿਲ੍ਹੇ ਦੇ ਵਿੱਚ ਹਰ ਟਾਉਂ ਦੇ ਵਿੱਚ ਇਹ ਖੋਲਣੇ ਸੀ ਰੇਤਾ ਦੇ ਸਰਕਾਰੀ ਡੀਪੋ ਲੇਕਿਨ ਉਸ ਤੋਂ ਪਹਿਲਾਂ ਹੀ ਕ੍ਰਿਸ਼ਨ ਕੁਮਾਰ ਦਾ ਤਬਾਦਲਾ ਕਰ ਦਿੱਤਾ ਗਿਆ ਕ੍ਰਿਸ਼ਨ ਕੁਮਾਰ ਕੋਲ ਮਾਈਨਸ ਦੇ ਜੀਓਲੋਜੀ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਲੈ ਲਈ ਆ ਔਰ ਪੰਜਾਬ ਦੇ ਵਿੱਚ ਜਿਹੜੀ ਮਾਈਨਿੰਗ ਨੂੰ ਲੈ ਕੇ ਪਹਿਲਾਂ ਹੀ ਸਰਕਾਰ ਦੀ ਕਾਫੀ ਬਦਨਾਮੀ ਹੋ ਚੁੱਕੀ ਸੀ ਹਾਈ ਕੋਰਟ ਵੱਲੋਂ ਵੀ ਕਈ ਵਾਰ ਸਰਕਾਰ ਦੀ ਝਾੜ-ਚੰਬ ਵੀ ਕੀਤੀ ਗਈ ਫਟਕਾਰ ਵੀ ਪਾਈ ਗਈ ਖਾਸ ਕਰਕੇ ਕਿ ਇੰਨੀ ਜ਼ਿਆਦਾ ਗੈਰਕਾਨੂੰਨੀ ਮਾਈਨਿੰਗ ਹੋ ਰਹੀ ਆ ਤੇ ਫਿਰ ਸਰਕਾਰ ਨੇ ਰੋਕੀ ਕਿਉਂ ਨਹੀਂ ਕਿਉਂਕਿ ਆਰਮੀ ਨੇ ਬੀਐਸਬ ਨੇ ਵੀ ਵੱਖਰੇ-ਵੱਖਰੇ ਹਾਈ ਕੋਰਟ ਦੇ ਵਿੱਚ ਆਪਣੇ ਸਟੇਟਮੈਂਟ ਰਿਕਾਰਡ ਕਰਵਾਏ ਸੀ ਕਿ ਇੰਨੀ ਜ਼ਿਆਦਾ ਮਾਈਨਿੰਗ ਹੋ ਚੁੱਕੀ ਹੈ ਕਿ ਦੁਸ਼ਮਣ ਦੇਸ਼ ਟੈਂਕ ਲੈ ਕੇ ਵੀ ਭਾਰਤ ਦੇ ਵਿੱਚ ਐਂਟਰ ਕਰ ਸਕਦਾ ਔਰ ਉਸ ਤੋਂ ਬਾਅਦ ਮਾਈਨਿੰਗ ਹੁੰਦੀ ਰਹੀ ਹੈ ਕਿਉਂਕਿ ਅ ਖਰੜ ਜਿਹੜਾ ਵਿਧਾਨ ਸਭਾ ਹਲਕਾ ਉੱਥੋਂ ਐਮ ਐਲ ਏ ਨੇ ਔਰ ਸਰਕਾਰ ਦਾ ਹਿੱਸਾ ਨੇ ਅਰਮੋਲ ਗਗਨ ਮਾਨ ਜਿਹੜੇ ਕੈਬਨਟ ਮੰਤਰੀ ਨੇ ਉਹਨਾਂ ਨੇ ਲਾਈਵ ਪੂਰੀ ਦੁਨੀਆ ਨੂੰ ਮੌਕਾ ਦਿਖਾਇਆ ਸੀ ਕਿ ਕਿਵੇਂ ਖਰੜ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਆ ਔਰ ਉਸ ਤੋਂ ਬਾਅਦ ਹਰਜੋਤ ਸਿੰਘ ਬੈਂਸ ਦੇ ਆਪਣੇ ਵਿਧਾਨ ਸਭਾ ਹਲਕਾ ਪਿੰਡ ਭਲਾਂ ਦੇ ਵਿੱਚ ਵੀ ਮੁੱਦਾ ਉਠਿਆ ਰਿਹਾ ਜਿੱਥੇ ਵੀ ਕਿਵੇਂ ਮਾਈਨਿੰਗ ਹੁੰਦੀ ਰਹੀ ਆ ਇਸ ਮਸਲੇ ਦੇ ਵਿੱਚ ਲੋਕਾਂ ਨੇ ਕ੍ਰਿਸ਼ਨ ਕੁਮਾਰ ਨੂੰ ਕਿਹਾ ਕਿ ਆਖਿਰ ਜੇ ਕ੍ਰਿਸ਼ਨ ਕੁਮਾਰ ਦੇ ਵਿਭਾਗ ਦੇ ਪ੍ਰਮੁਖ ਸੱਤਰ ਹੋਣਾ ਫਿਰ ਗੈਰਕਾਨੂੰਨੀ ਮਾਈਨਿੰਗ ਹੋਵੇ ਤੇ ਇਹ ਵੀ ਸਰਕਾਰ ਵੀ ਬੁਰੀ ਤਰ੍ਹਾਂ ਘਿਰਦੀ ਆ ਲੇਕਿਨ ਉਹ ਦੋਨੇ ਮਸਲੇ ਹੱਲ ਹੋ ਚੁੱਕੇ ਉਥੇ ਸਰਕਾਰ ਪਿੰਡ ਭਲਾਂ ਨੂੰ ਲੈ ਕੇ ਸਰਕਾਰ ਨੂੰ ਬੈਕਫੋਰਡ ਤੇ ਆਉਣਾ ਪਿਆ ਅਨਮੋਲ ਗਗਨ ਮਾਨਿਸ਼ ਛਾਪਾ ਮਾਰਿਆ ਸੀ ਪੂਰੀ ਦੁਨੀਆ ਨੂੰ ਗੈਰਕਾਨੂੰਨੀ ਮਾਈਨਿੰਗ ਹੁੰਦੀ ਲਾਈਵ ਦਿਖਾਈ ਸੀ ਔਰ ਫਿਰ ਉਸੇ ਏਰੀਆ ਦੇ ਵਿੱਚ ਹਰਜੋਤ ਸਿੰਘ ਬੈਂਸ ਜਾ ਕੇ ਰੇਤਾ ਦਾ ਸਰਕਾਰੀ ਡੀਪੂ ਖੋਲ ਜਿੰਦੇ ਨੇ ਪਰ ਹੁਣ ਸਵਾਲ ਹੈ ਕਿ ਮਾਈਨਿੰਗ ਜਿਹੜੀ ਆ ਜੇ ਸੂਬੇ ਦੇ ਵਿੱਚ ਸਿਰਫ ਕਾਨੂੰਨੀ ਤੌਰ ਤੇ ਮਾਈਨਿੰਗ ਹੋ ਰਹੀ ਆ ਫਿਰ ਕ੍ਰਿਸ਼ਨ ਕੁਮਾਰ ਨੂੰ ਕਿਉਂ ਬਦਲਿਆ ਗਿਆ ਜੇ ਸੂਬੇ ਦੇ ਵਿੱਚ ਗੈਰਕਾਨੂੰਨੀ ਮਾਈਨਿੰਗ ਬਿਲਕੁਲ ਬੰਦ ਹੋ ਗਿਆ ਫਿਰ ਵੀ ਕ੍ਰਿਸ਼ਨ ਕੁਮਾਰ ਨੂੰ ਕਿਉਂ ਬਦਲਿਆ ਗਿਆ ਕੀ ਹਰਜੋਤ ਸਿੰਘ ਬੈਂਸ ਤੇ ਦਬਾਅ ਸੀ ਜਾਂ ਫਿਰ ਭਗਵੰਤ ਮਾਨ ਸਾਹਿਬ ਤੇ ਜਾਂ ਫਿਰ ਕੀ ਹਰਜੋਤ ਸਿੰਘ ਬੈਂਸ ਤੇ ਕ੍ਰਿਸ਼ਨ ਕੁਮਾਰ ਦੀ ਨਹੀਂ ਬੰਦੀ ਸੀ ਤੇ ਫਿਰ ਹਰਜੋਤ ਸਿੰਘ ਬੈਂਸ ਦਾ ਦਬਾਅ ਭਗਵੰਤ ਮਾਨ ਦੇ ਸੀ ਤਾਂ ਕ੍ਰਿਸ਼ਨ ਕੁਮਾਰ ਬਦਲਿਆ ਜਾਂ ਫਿਰ ਹਰਜੋਤ ਸਿੰਘ ਬੈਂਸ ਨੂੰ ਕ੍ਰਿਸ਼ਨ ਕੁਮਾਰ ਨੂੰ ਬਦਲੌਣ ਵਾਸਤੇ ਮਹਿਕਮੇ ਤੋਂ ਵਾਝੇ ਕਰਨ ਵਾਸਤੇ ਕਿ ਦਿੱਲੀ ਹਾਈ ਕਮਾਂਡ ਦਾ ਸਹਾਰਾ ਲੈਣਾ ਪਿਆ ਇਹ ਜਿੰਨੇ ਵੀ ਸਵਾਲ ਨੇ ਉਹਨਾਂ ਸਵਾਲਾਂ 'ਚ ਸਰਕਾਰ ਬੁਰੀ ਤਰ੍ਹਾਂ ਘਿਰ ਰਹੀ ਆ ਉਹ ਸਵਾਲਾਂ ਚ ਇੱਕੋ ਵੱਡਾ ਜਿਹੜਾ ਸਵਾਲ ਆ ਕਿ ਆਖਰ ਕ੍ਰਿਸ਼ਨ ਕੁਮਾਰ ਜਿਹੜੇ ਬੜੇ ਇਮਾਨਦਾਰ ਮਿਹਨਤੀ ਲਗਨ ਬਬਾਕ ਅਫਸਰ ਮੰਨੇ ਜਾਂਦੇ ਨੇ ਉਹਨਾਂ ਦਾ ਇਸ ਮਹਿਕਮੇ ਚੋਂ ਉਹਨਾਂ ਨੂੰ ਹਟਾਇਆ ਕਿਉਂ ਗਿਆ ਉਹਨਾਂ ਦਾ ਇਸ ਮਹਿਕਮੇ ਚੋਂ ਤਬਾਦਲਾ ਕਿਉਂ ਕੀਤਾ ਗਿਆ ਉਹਨਾਂ ਦੇ ਇਸ ਮਹਿਕਮੇ ਚੋਂ ਛੁੱਟੀ ਕਿਉਂ ਕੀਤੀ ਗਈ ਕਿਸ ਤੇ ਦਬਾਅ ਸੀ ਐਮਐਲਏ ਮੰਤਰੀਆਂ ਦਾ ਦਬਾਅ ਸਰਕਾਰ ਤੇ ਸੀ ਜਾਂ ਹਰਜੋਤ ਸਿੰਘ ਬੈਂਸ ਤੇ ਕ੍ਰਿਸ਼ਨ ਕੁਮਾਰ ਦੀ ਨਹੀਂ ਬਣੀ ਜਾਂ ਫਿਰ ਹਰਜੋਤ ਸਿੰਘ ਬੈਂਸ ਨੂੰ ਹਟਾਉਣ ਵਾਸਤੇ ਕ੍ਰਿਸ਼ਨ ਕੁਮਾਰ ਨੂੰ ਲਾਂਭੇ ਕਰਨ ਵਾਸਤੇ ਭਗਵੰਤ ਮਾਨ ਦੀ ਬਜਾਏ ਦਿੱਲੀ ਵਾਲਿਆਂ ਦਾ ਸਹਾਰਾ ਲੈਣਾ ਪਿਆ ਦੇਖਦੇ ਆਉਣ ਵਾਲੇ ਸਮੇਂ 'ਚ ਜਿਹੜੀ ਸਾਰੀ ਸਥਿਤੀ ਸਪਸ਼ਟ ਹੋ ਜਾਊਗੀ ਕਿ ਆਖਿਰ ਮਹਿਕਮੇ 'ਚੋਂ ਕ੍ਰਿਸ਼ਨ ਕੁਮਾਰ ਕਿਉਂ ਬਦਲਾ ਗਿਆ ਕਿਉਂਕਿ ਇਹ ਬੜੀ ਚਰਚਾ ਦੇ ਵਿੱਚ ਰਿਹਾ ਸੀ ਕਿ ਹਰਜੋਤ ਸਿੰਘ ਬੈਂਸ ਅਕਸਰ ਕੀ ਕਰਦੇ ਸੀ ਆਮ ਆਦਮੀ ਪਾਰਟੀ ਦੇ ਜਦ ਵੀ ਐਮਐਲਏ ਤੇ ਮੰਤਰੀਆਂ ਦੇ ਨਾਲ ਉਹ ਬੈਠਦੇ ਸੀ ਕਿ ਅਸੀਂ ਗੈਰ ਕਾਨੂੰਨੀ ਮਾਈਨਿੰਗ ਨੂੰ ਨਕੇਲ ਪਾ ਲੈਣੀ ਆ ਕਿਉਂਕਿ ਮੇਰੇ ਮੈਗ ਮਹਿਕਮੇ ਦੇ ਵਿੱਚ ਤੇ ਮੇਰੇ ਕੋਲ ਕ੍ਰਿਸ਼ਨ ਕੁਮਾਰ ਵਰਗੇ ਇਮਾਨਦਾਰ ਅਫਸਰ ਨੇ ਤੇ ਜੇ ਇਮਾਨਦਾਰ ਅਫਸਰ ਸੰਨ ਕ੍ਰਿਸ਼ਨ ਕੁਮਾਰ ਵਰਗੇ ਹਰਜੋਤ ਸਿੰਘ ਬੈਂਸਕੋਲ ਤੇ ਫਿਰ ਕ੍ਰਿਸ਼ਨ ਕੁਮਾਰ ਨੂੰ ਬਦਲ ਪਿੱਛੇ ਕਿਹੜੇ ਤਰਕ ਤੇ ਦਲੀਲਾਂ ਨਾਲ ਫਿਲਹਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਸੇ ਤਰ੍ਹਾਂ ਦੇਦਰੂ ਬੀਸੀ ਪੰਜਾਬ ਧੰਨਵਾਦ